ਇਹ ਜਿਹੜਾ ਤੁਹਾਡਾ ਹੈਗਾ ਨਾ ਜੀ ਮੋਬਾਈਲ ਡੈਂਟਲ ਕਲੀਨਿਕ ਹੈ, ਜਿਹਦੇ ਵਿੱਚ ਦੋ ਡੈਂਟਲ ਚੇਅਰ ਫਿਕਸਡ ਹੈ, ਏਅਰ ਕੰਡੀਸ਼ਨਡ ਹੈ, ਔਰ ਇਹਦੇ ਵਿੱਚ ਆਟੋਕਲੇਵ, ਜਨਰੇਟਰ, ਪਾਵਰ ਬੈਕਅਪ, ਸਾਰੀ ਪੇਸ਼ੈਂਟ ਦੀ ਟੋਟਲ ਐਗਜ਼ਾਮੀਨੇਸ਼ਨ, ਜੇ ਕਿਸੇ ਨੂੰ ਕੋਈ ਐਮਰਜੈਂਸੀ ਟ੍ਰੀਟਮੈਂਟ ਹੈ, ਸਾਰਾ ਫੁੱਲ ਐਗਜ਼ਾਮੀਨੇਸ਼ਨ ਕਰਕੇ ਇਹਦੇ ਨਾਲ ਜਿਵੇਂ ਬੱਚੇ ਹੈਗੇ ਉਹਨਾਂ ਦੀ ਟ੍ਰੇਨਿੰਗ ਵਾਸਤੇ ਮੈਂਡੇਟਰੀ ਕੰਡੀਸ਼ਨ ਹੈ, ਅਤੇ ਕੋਈ ਸਲਮਸ ਦੇ ਵਿੱਚ ਸਟੱਡੀ ਕਰਨੀ ਆ, ਕੋਈ ਸਕੂਲ ਦੇ ਬੱਚਿਆਂ 'ਚ ਸਟੱਡੀ ਕਰਨੀ ਆ, ਜਾਂ ਉਹਨਾਂ ਨੂੰ ਜਿਹੜੇ ਉਹਨਾਂ ਦਾ ਦੇਖਣਾ ਹੈਗਾ ਕੋਈ ਮਤਲਬ ਕੀ ਕਾਮਨ ਕੰਡੀਸ਼ਨਸ ਹੈਗੀਆਂ ਜਿਹੜੇ ਬੱਚਿਆਂ ਦੇ ਵਿੱਚ, ਚਾਹੇ ਉਹ ਸਲਮਸ ਦੇ ਵਿੱਚ, ਸਕੂਲ ਦੇ ਬੱਚਿਆਂ ਦੇ ਵਿੱਚ, ਆਮ ਲੋਕਾਂ ਦੇ ਵਿੱਚ, ਪਿੰਡਾਂ 'ਚ, ਸ਼ਹਿਰਾਂ ਵਿੱਚ ਕਿਹੜੀਆਂ ਕਿਹੜੀਆਂ ਡੈਂਟਲ ਜਿਹੜੀਆਂ ਪ੍ਰੋਬਲਮਸ ਕਾਮਨ ਹੈਗੀਆਂ ਅਤੇ ਉਹਨਾਂ ਦਾ ਕੀ ਟ੍ਰੀਟਮੈਂਟ ਆ, ਕਿਉਂਕਿ ਡੈਂਟਲ ਕਾਲਜ ਨੇ ਸਟੱਡੀਜ਼ ਵੀ ਕਰਨੀਆਂ ਹੁੰਦੀਆਂ ਸਾਰੀਆਂ, ਅਤੇ ਉਹਦੇ ਵਾਸਤੇ ਬਹੁਤ ਯੂਜ਼ਫੁੱਲ ਹੋਏਗੀ ਇਹ। ਇਹਦੇ ਵਿੱਚ ਸਾਰੀ ਫੈਸਿਲਿਟੀ ਹੈ ਜੀ, ਇਹ ਮਤਲਬ ਇਹ ਅਲੱਗ ਅਲੱਗ ਸਲਮਸ ਵਿੱਚ ਜਾਏਗੀ, ਸਕੂਲਾਂ 'ਚ ਜਾਏਗੀ ਔਰ ਪਿੰਡਾਂ 'ਚ ਜਾਏਗੀ, ਅਤੇ ਜਾ ਕੇ ਉੱਥੇ ਲੋਕਾਂ ਦਾ ਚੈੱਕਅਪ ਕਰੇਗੀ, ਫਿਰ ਆਪਣੀ ਰਿਪੋਰਟ ਦਿਆ ਕਰਨਗੇ ਵੀ ਸਾਨੂੰ ਅੱਗੇ ਹੋਰ ਕੀ ਕਰਨ ਦੀ ਲੋੜ ਹੈ। ਦੋ ਡੈਂਟਲ ਚੇਅਰ ਫਿਕਸਡ ਹੈਗੀਆਂ, ਤੀਜੀ ਮੋਬਾਈਲ ਵੀ ਹੈਗੀ ਹੈ, ਇਹਦੇ 'ਚ ਜਿਹੜੀ ਮਤਲਬ ਉਹਨੂੰ ਤੁਸੀਂ ਅਸੈਂਬਲ ਕਰਕੇ ਉਹਨੂੰ ਉੱਥੇ ਯੂਜ਼ ਕਰ ਸਕਦੇ ਹੋ। ਜੇ ਵੱਡਾ ਕੈਂਪ ਹੋਵੇ, ਕੋਈ 100-200 ਪੇਸ਼ੈਂਟਸ ਆ ਗਏ, ਅਤੇ ਤਿੰਨ ਡਾਕਟਰ ਵੀ ਕੰਮ ਕਰ ਸਕਦੇ ਆ ਪੇਸ਼ੈਂਟਸ ਦੇ ਬਹਿਣ ਦਾ। ਬੜੀ ਅੰਦਰੋਂ ਤੁਸੀਂ ਦੇਖੀਏ ਸਾਰੀ ਸਪੇਸ਼ੀਅਸ ਹੈ, ਬਹੁਤ ਅੱਛੀ ਫੈਸਿਲਿਟੀ ਹੈ। ਸੋ ਮੈਂ ਉਮੀਦ ਕਰਦਾ ਕਿ ਬੱਚਿਆਂ ਵਾਸਤੇ ਔਰ ਸਮਾਜ ਵਾਸਤੇ ਬਹੁਤ ਯੂਜ਼ਫੁੱਲ ਟੂਲ ਹੈ। ਸਰ ਇਸ ਤੋਂ ਇਲਾਵਾ ਹੋਰ ਵੀ ਬੱਚੇ ਅਗਰ ਕਾਮਯਾਬ ਹੁੰਦੀ ਹੈ ਤਾਂ ਫਿਰ? ਹਾਂ ਬਿਲਕੁਲ ਜੀ, ਬਿਲਕੁਲ ਜੀ, ਕਾਮਯਾਬ ਹੁੰਦੀ ਹੈ ਅਸੀਂ ਸਾਨੂੰ, ਕਿਉਂਕਿ ਜੇ ਤੁਸੀਂ ਦੇਖੋਗੇ ਕਿ ਪੰਜਾਬ ਦੇ ਵਿੱਚ ਜਿਹੜੀਆਂ ਮਤਲਬ ਬਾਕੀ ਦੇ ਸਰੀਰ ਦੀਆਂ ਹੈਗੀਆਂ, ਚਾਹੇ ਮੈਂ ਡਿਸਪੈਂਸਰੀਆਂ ਦੀ ਗੱਲ ਕਰਾਂ, ਹੈਲਥ ਵੈਲਨੈਸ ਸੈਂਟਰ ਦੀ ਕਰਾਂ, ਅਤੇ ਉਹ ਬਹੁਤ ਜ਼ਿਆਦਾ ਹੈਗੇ ਆਪਣੇ 3000 ਦੇ ਕਰੀਬ ਜਿਹੜੇ ਮਤਲਬ ਹੈਲਥ ਐਂਡ ਵੈਲਨੈਸ ਸੈਂਟਰ, ਅਤੇ ਉਹਦੇ 'ਚੋਂ ਜਿਹੜੇ ਹੈਗੇ ਅਸੀਂ 842 ਜਿਹੜੇ ਹੈਗੇ ਆ ਉਹ ਆਮ ਆਦਮੀ ਕਲੀਨਿਕ ਹੈ, ਅਤੇ ਜਿਹਦੇ ਵਿੱਚ ਸਾਰੀ ਮਤਲਬ ਡਾਇਗਨੋਸਟਿਕ ਵੀ ਆ ਔਰ ਦਵਾਈਆਂ ਵੀ ਆ। ਡੈਂਟਲ ਕਲੀਨਿਕਸ ਬਹੁਤ ਘੱਟ ਆ ਆਪਣੇ ਕੋਲ, ਇਹਦੇ ਵਿੱਚ ਲੋਕਾਂ 'ਚ ਅਵੇਅਰਨੈਸ ਵੀ ਬਹੁਤ ਘੱਟ ਹੈ। ਸੋ ਸਾਡੀ ਕੋਸ਼ਿਸ਼ ਹੈ ਵੀ ਲਗਾਤਾਰ ਵੀ ਲੋਕਾਂ ਦੇ ਵਿੱਚ ਅਵੇਅਰਨੈਸ ਵੀ ਵਧੇ, ਔਰ ਇਹ ਵਾਲੀਆਂ ਜਿਹੜੀਆਂ ਡੈਂਟਲ ਜਿਹੜੀਆਂ ਮਤਲਬ ਆਪਣੇ ਵੈਨਸ ਵੀ ਔਰ ਜਿਹੜੇ ਕਲੀਨਿਕਸ ਵੀ ਆ ਇਹਨਾਂ ਦਾ ਨੰਬਰ ਵੀ ਵਧਾਵਾਂਗੇ ਅਸੀਂ ਕੁਛ ਇੱਕ। ਮੈਂ ਆਲਰੇਡੀ ਮੇਰੀ ਪ੍ਰਪੋਜ਼ਲ ਹੈਗੀ ਆ ਅੰਡਰ ਕੰਸਲਟੇਸ਼ਨ ਕਿ ਉਹਨੂੰ ਜਿਹੜੇ ਹੈਗੇ ਆ ਕੁਛ ਇੱਕ ਆਮ ਆਦਮੀ ਕਲੀਨਿਕਸ ਦੇ ਵਿੱਚ ਪਰਸੈਂਟੇਜ ਦੇ ਵਿੱਚ ਨਾਲ ਡੈਂਟਲ ਕਲੀਨਿਕ ਵੀ ਹੋਣਾ ਚਾਹੀਦਾ, ਉਹਦੇ ਨਾਲ ਜੋਬ ਓਪਰਚੁਨਿਟੀ ਵੀ ਵਧਣਗੀਆਂ ਔਰ ਲੋਕਾਂ ਨੂੰ ਜਿਹੜੀ ਮੱਚ ਨੀਡਡ ਜਿਹੜੀਆਂ ਡੈਂਟਲ ਕੇਅਰ ਸਰਵਿਸਿਜ਼ ਹੈ ਔਰ ਉਹ ਡੈਂਟਲ ਹਾਈਜਨ, ਜਿਵੇਂ ਤੁਸੀਂ ਦੇਖਦੇ ਹੋ ਕਿ ਅੱਜ ਕੱਲ੍ਹ ਹੁਣ ਜਿਹੜੇ ਕੈਂਸਰ ਹੈਗੇ ਆ ਓਵਰਆਲ ਕੈਂਸਰਸ ਬਹੁਤ ਕਾਮਨ ਆ, ਉਹਨਾਂ ਦਾ ਟ੍ਰੀਟਮੈਂਟ ਤਾਂ ਹੀ ਹੋ ਸਕੇਗਾ ਜੇ ਆਪਾਂ ਉਹਨਾਂ ਨੂੰ ਅਰਲੀ ਡਿਟੈਕਸ਼ਨ ਕਰਾਂਗੇ, ਅਤੇ ਉਹਨਾਂ ਦੀ ਪ੍ਰੀਵੈਂਸ਼ਨ ਵੀ ਤਾਂ ਹੀ ਹੋਏਗੀ ਜੇ ਆਪਾਂ ਇੱਦਾਂ ਦੇ ਵਡਮੁੱਲੇ ਸਰਵੇ ਕਰਕੇ ਵੈਨ ਨੂੰ ਯੂਜ਼ ਕਰਕੇ ਸਟੂਡੈਂਟਸ ਨੂੰ, ਇਹਨਾਂ ਦੀ ਐਜੂਕੇਸ਼ਨ ਵੀ ਤਾਂ ਹੀ ਠੀਕ ਹੋਏਗੀ। ਅਤੇ ਇਸੇ ਤਰ੍ਹਾਂ ਬਹੁਤ ਜਲਦੀ ਇਹਨਾਂ ਦੀ ਜਿਹੜੀ ਨਵੀਂ ਫੈਕਲਟੀ ਉਹਦੀ ਰਿਕਰੂਟਮੈਂਟ ਹੋ ਰਹੀ ਹੈ ਬਹੁਤ ਜਲਦੀ, ਬਹੁਤ ਸਾਰੇ ਟੀਚਰਸ ਜਿਹੜੇ ਹੈਗੇ ਆ। ਕਿੰਨੇ ਆ ਟੋਟਲ ਇਹਨਾਂ ਦਾ ਨੰਬਰ ਜੀ ਟੀਚਰ? 39 ਜਿਹੜੇ ਟੀਚਰਸ ਹੈਗੇ ਆ, ਕਾਫੀ ਦੇਰ ਤੋਂ ਸ਼ੋਰਟੇਜ ਸੀਗੀ, ਸਾਨੂੰ ਇੱਕ ਸਾਲ ਹੋ ਗਿਆ ਪ੍ਰੋਸੈਸ ਕਰਦਿਆਂ ਨੂੰ, ਨੀਅਰਲੀ ਕੰਪਲੀਟ ਆ, ਅਤੇ ਬਹੁਤ ਜਲਦੀ ਜਿਹੜੇ 39 ਟੀਚਰਸ ਵੀ ਜਿਹੜੇ ਡੈਂਟਲ ਟੀਚਰਸ ਆ ਉਹ ਵੀ ਜੁਆਇਨ।